गुरु महाराज कृपा करन जिस गुरु साहब महाराज जी की बाणी का सत्कार करदे होया सिख संगत आपो अपन सेवावां अरदास करवा रही ने। आओ सिख संगत वालों नौजवान वीर वालों आई हुई संगत नो आए हुए नगर कीर्तन धन गुरु ग्रंथ साहब महाराज जी ने जी आया आखद गुरमुख प्यारे संतरिया दी सेवावां कर रहे हैं। गुरु बाबा जी मेहर कर करे हो परवानिया सेवकां दी सेवा करे हो परवानिया सेवकां दी सेवा अपने कमर के सामने आके अगे आके गुरु साहब के दर्शन करिए। देखो कि बाबा जी धन धन बाबा दीप सिंह महाराज महाराज आप जानते हैं साडे भाई साहब जी वालों गुरबाणी के सत्कार वजो बेअंत माया 100 रुपया अरदास करा गए ने। एक होर भाई साहब जी 50 लाख दमड़े माया अरदास करवा के गए ने। मेरी भैन वालों मतावान वालों वीर वालों बजुर्गों वालों वाह वाह बाबा जी की बाणी का सत्कार करते हुए बेअंत मेरिया भैन मतावान वीर भरा सारे अपनी श्रद्धा के मुताबिक गुरबाणी का सत्कार कर रहे हैं। सतगुरु कृपा करो नाम जपिए
ਵੱਡੀਆਂ ਵੱਡੀਆਂ ਗੱਲਾਂ ਕੋਈ ਕਹਿਣਾ ਕਹਿਣ ਨਾ ਜਾਏ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਇੱਕ ਸਮੇਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੈ ਮਹਾਰਾਜ ਜੀਆਂ ਦੇ ਕੋਲ, ਸਿੱਖ ਸੰਗਤਾਂ ਬੈਠੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਸਵਾਲ ਕੀਤਾ, ਸੰਗਤ ਜੀ ਇਹ ਦੱਸੋ ਕਿ ਅੱਜ ਜਿਹੜਾ ਪੱਥਰ ਹੈ ਇਹ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬੇ ਆ? ਗੁਰਮੁਖ ਪਿਆਰਿਓ ਕਈ ਮੇਰੇ ਵਰਗੇ ਕਹਿੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਗੋਲਾ ਹੁੰਦਾ, ਪੱਥਰ ਭਾਣਾ ਹੁੰਦਾ, ਇਸ ਕਰਕੇ ਇਹ ਜਿਹੜਾ ਪੱਥਰ ਹੈ ਇਹ ਪਾਣੀ ਦੇ ਵਿੱਚ ਡੁੱਬ ਗਿਆ। ਮਹਾਰਾਜ ਕਹਿੰਦੇ ਨਹੀਂ, ਇਹਦਾ ਸਵਾਲ ਦਾ ਜਵਾਬ ਇਹ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫਿਰ ਕੀ ਹੈ? ਮਹਾਰਾਜ ਕਹਿੰਦੇ ਨਹੀਂ। ਭਾਈ ਹੋਰ ਦੱਸੋ, ਮਹਾਰਾਜ ਜੀਆਂ ਦੇ ਪਲਕ ਦੇ ਕੋਲ ਹੀ ਭਾਈ ਨੰਦ ਲਾਲ ਜੀ ਬੈਠੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਨੰਦ ਲਾਲ ਜੀਆਂ ਦੇ ਕੋਲੋਂ ਪੁੱਛਿਆ, ਕਹਿੰਦੇ ਨੰਦ ਲਾਲ ਜੀ ਇਹ ਦੱਸੋ ਕਿ ਇਹ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬਿਆ? ਭਾਈ ਨੰਦ ਲਾਲ ਜੀ ਉਹ ਹੋਏ ਨੇ ਮਹਾਨ ਵਿਦਵਾਨ। ਇੱਕ ਸਮੇਂ ਹੋਕਾ ਦਿੰਦੇ ਸਨ ਕਿ ਮੈਂ ਆਪਣਾ ਆ ਸਰੀਰ ਜਿਹੜਾ ਸਤਿਗੁਰੂ ਨੇ ਦੇ ਕੇ ਸੰਸਾਰ ਅੰਦਰ ਭੇਜਿਆ ਨਾ, ਕਹਿੰਦੇ ਮੈਂ ਆਪਣਾ ਦਿਲ ਵੇਚਦਾ ਕੋਈ ਦਿਲ ਖਰੀਦਣ ਵਾਲਾ ਹੋਵੇ। ਬਾਜਾ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਹੈ ਇੱਥੇ ਕੋਈ ਨਾ ਕੋਈ ਕੁਛ ਵੇਚਣ ਤੁਰਿਆ, ਪਰ ਆਹ ਹੋਕਾ ਦਿੰਦਾ ਕਿ ਮਨ ਵੇਚਦਾ ਕੋਈ ਮੇਰਾ ਮਨ ਲੈ ਲਓ। ਬਾਜਾ ਵਾਲੇ ਮਹਾਰਾਜ ਪੁੱਛਦੇ, ਕਹਿੰਦੇ ਕੀ ਭਾਅ ਲਾਇਆ ਭਾਈ? ਸੱਚੇ ਪਾਤਸ਼ਾਹ ਦਿਹਾੜੀ ਵਿੱਚ ਇੱਕ ਦੋ ਵਾਰੀ ਦਰਸ਼ਨ ਦੇ ਦਿਆ ਕਰੋ। ਮਹਾਰਾਜ ਕਹਿੰਦੇ ਮਹਿੰਗਾ। ਫਿਰ ਪੁੱਛਿਆ, ਕਹਿੰਦੇ ਇੱਕ ਸਮੇਂ ਫਿਰ ਆ ਗਿਆ, ਕਹਿੰਦੇ ਹੁਣ ਕੀ ਭਾਅ ਲਾਇਆ? ਸਤਿਗੁਰੂ ਜੀ ਹਫ਼ਤੇ ਵਿੱਚ ਇੱਕ ਵਾਰੀ ਦਰਸ਼ਨ ਦੇ ਦਿਓ। ਮਹਾਰਾਜ ਕਹਿੰਦੇ ਹਜੇ ਵੀ ਮਹਿੰਗਾ। ਸਤਿਗੁਰੂ ਮਹਾਰਾਜ ਸਮੇਂ ਭਾਈ ਨੰਦ ਲਾਲ ਜੀ ਲੰਗਰ ਦੇ ਵਿੱਚ ਬਹਿ ਜਾਣਾ, ਨਾਲ ਭਾਂਡੇ ਮਾਂਜਦੇ ਰਹਿਣਾ। ਜੀ ਨੰਦ ਲਾਲ ਮਾਂਜਦਾ ਜੀ ਨਾਲ ਗੋਬਿੰਦ ਗੋਬਿੰਦ ਕਰਦਾ, ਜੀ ਨੰਦ ਲਾਲ ਮਾਂਜਦਾ ਜੀ ਨਾਲ ਗੋਬਿੰਦ ਗੋਬਿੰਦ ਕਰਦਾ, ਨੰਦ ਲਾਲ
ਕੀਰਤਨ ਨੂੰ ਜੀ ਆਇਆ ਆਖਦਿਆਂ ਹੋਇਆ ਵੇਖੋ ਨੌਜਵਾਨ ਵੀਰਾਂ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਦੇ ਉੱਤੇ ਸਿੱਖ ਸੰਗਤਾਂ ਦੇ ਵਾਸਤੇ ਕਿਤੇ ਸੰਗਤਰਿਆਂ ਦੇ ਲੰਗਰ, ਕਿਤੇ ਕੇਲਿਆਂ ਦੇ ਲੰਗਰ ਤੇ ਕਿਤੇ ਗੁਰਮੁਖ ਪਿਆਰਿਓ ਖੀਰਾਂ ਦੇ ਲੰਗਰ। ਸਤਿਗੁਰੂ ਮਹਾਰਾਜ ਜੀਆਂ ਦੇ ਅਵਤਾਰ ਪੁਰਬ ਦੀ ਖੁਸ਼ੀ, ਕਿਉਂਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਗਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਓ, ਰਹਿਮਤ ਕਰਿਓ ਮੇਰੇ ਮਾਲਕਾ, ਸੇਵਕਾਂ ਦੀ ਕੀਤੀ ਹੋਈ ਸੇਵਾ ਨੂੰ ਨਰ ਤੇ ਪ੍ਰਵਾਨ ਕਰਿਓ, ਉਹਨਾਂ ਦੇ ਸਾਰੇ ਸੱਚੇ ਪਾਤਸ਼ਾਹ ਸਿਰਾਂ ਤੇ ਮਿਹਰ ਦਾ ਹੱਥ ਰੱਖਿਓ। ਕਰਿਓ ਪਰਵਾਨੀ ਸੇਵਕਾਂ ਦੀ
ਸੇਵਾਵਾਂ ਸਾਡੇ ਭਾਈ ਸਾਹਿਬ ਜੀ ਵੱਲੋਂ